ਆਮ ਆਦਮੀ ਪਾਰਟੀ ਨੇ ਪੰਜਾਬ ਹਰਿਆਣਾ ਸੀਮਾ ਸ਼ੰਭੂ ਬਾਰਡਰ ਖੋਲ੍ਹਣ ਕੇ ਹਾਈ ਕੋਰਟ ਕੇ ਫੈਸਲੇ ਕਾ ਸਵਾਗਤ ਕੀਆ ਹੈ। ਪਾਰਟੀ ਨੇ ਕਿਹਾ ਕਿ ਕਿਸਾਨੋ ਕਿਸੇ ਵੀ ਮਾਂਗੇ ਜਾਇਜ਼ ਹੈ, ਇਸ ਲਈ ਕੇਂਦਰ ਸਰਕਾਰ ਕੋ ਉਹਨੇ ਸੀਮਾ ਪਰ ਰੋਕਨੇ ਕੇ ਬਜਾਏ ਉਨਕੀ ਮਾਂਗੋ ਕੋ ਪੂਰਾ ਕਰਨੇ ਪਰ ਵਿਚਾਰ ਕਰਨਾ ਚਾਹੀਏ। ਬੁੱਧਵਾਰ ਕੋ ਆਮ ਆਦਮੀ ਪਾਰਟੀ ਕੇ ਵਰਿਸ਼ਠ ਨੇਤਾ ਔਰ ਪ੍ਰਵਕਤਾ ਨੀਲ ਗਰਗ ਨੇ ਕਿਹਾ ਕਿ 2013 ਮੇਂ ਪ੍ਰਧਾਨ ਮੰਤਰੀ ਬਣਨੇ ਸੇ ਪਹਿਲੇ ਨਰਿੰਦਰ ਮੋਦੀ ਨੇ ਖੁਦ ਕਿਹਾ ਥਾ ਕਿ ਹਮ ਕਿਸਾਨੋ ਕੇ ਸਭੀ ਕਰਜ਼ ਮਾਫ਼ ਕਰੇਂਗੇ ਔਰ ਸਵਾਮੀਨਾਥਨ ਆਯੋਗ ਕੀ ਸਿਫਾਰਿਸ਼ੋ ਕੇ ਅਨੁਸਾਰ ਨਿਊਨਤਮ ਸਮਰਥਨ ਮੁੱਲਿਆ ਵੀ ਦੇਂਗੇ। ਲੇਕਿਨ ਪ੍ਰਧਾਨ ਮੰਤਰੀ ਮੋਦੀ ਆਪਣੇ ਵਾਅਦੇ ਸੇ ਮੁਕਰ ਗਏ, ਜਿਸ ਕੇ ਕਾਰਨ ਕਿਸਾਨੋ ਕੋ ਦਿੱਲੀ ਜਾਣੇ ਕੇ ਲੀਏ ਮਜਬੂਰ ਹੋਣਾ ਪੜਾ। ਅਗਰ ਮੋਦੀ ਸਰਕਾਰ 2 ਸਾਲ ਮੇਂ MSP ਕੋ ਕਾਨੂੰਨੀ ਤੌਰ ਪਰ ਲਾਗੂ ਕਰ ਦੇਤੀ ਤੋ ਪੰਜਾਬ ਔਰ ਹਰਿਆਣਾ ਕੇ ਕਿਸਾਨੋ ਕੋ ਦੁਬਾਰਾ ਦਿੱਲੀ ਨਹੀਂ ਜਾਣਾ ਪੜਤਾ। ਉਨ੍ਹਾਂ ਨੇ ਕਿਹਾ ਕਿ ਸ਼ੁਕਰ ਹੈ ਕਿ ਹਾਈ ਕੋਰਟ ਨੇ ਇਸ ਮਾਮਲੇ ਮੇਂ ਹਸਤਕਸ਼ੇਪ ਕੀਆ, ਨਹੀਂ ਤੋ ਹਾਈਵੇ ਅਨਿਸ਼ਚਿਤ ਕਾਲ ਕੇ ਲੀਏ ਬੰਦ ਹੋ ਜਾਤਾ। ਅਬ ਕੋਰਟ ਕੇ ਫੈਸਲੇ ਕੇ ਬਾਅਦ ਆਮ ਲੋਗੋ ਔਰ ਕਿਸਾਨ ਦੋਨੋਂ ਕੋ ਰਾਹਤ ਮਿਲੇਗੀ, ਆਮ ਲੋਗੋ ਕੇ ਲੀਏ ਪਰਿਵਹਨ ਆਸਾਨ ਹੋਗਾ, ਸਾਥ ਹੀ ਕਿਸਾਨੋ ਕੋ ਫਿਰ ਸੇ ਸ਼ਾਂਤੀਪੂਰਨ ਤਰੀਕੇ ਸੇ ਕੇਂਦਰ ਸਰਕਾਰ ਤੱਕ ਆਪਣੀ ਬਾਤ ਪਹੁੰਚਾਉਣੇ ਕਾ ਮੌਕਾ ਮਿਲੇਗਾ। ਦੇਖੋ, ਅੱਜ ਹਰਿਆਣਾ ਪੰਜਾਬ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਸ਼ੰਭੂ ਬਾਰਡਰ ਨੂੰ ਲੈ ਕੇ, ਇਹ ਸਵਾਗਤਯੋਗ ਕਦਮ ਹੈ। ਅਸੀਂ ਤੇ ਪਹਿਲੇ ਗੱਲ ਤੋਂ ਦਿਨ ਤੋਂ ਇਸ ਚੀਜ਼ ਦੇ ਵਧੇ ਹੀ ਰਹੇ ਹੈਗੇ ਹਾਂ ਕਿ ਕਿਸਾਨ ਸਾਡੇ ਆਪਣੇ ਨੇ, ਉਹਨਾਂ ਦੀਆਂ ਮੰਗਾਂ ਬੜੀਆਂ ਜਾਇਜ਼ ਨੇ। ਜੇਕਰ ਆਪਣੀਆਂ ਮੰਗਾਂ ਮਨਾਉਣ ਵਾਸਤੇ ਜਾਂ ਆਪਣੀ ਗੱਲ ਕਹਿਣ ਵਾਸਤੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਦਿੱਲੀ ਜਾਣਾ ਚਾਹੁੰਦੇ ਆ, ਉਹਦੇ ਵਿੱਚ ਗਲਤ ਕੀ ਹੈਗਾ? 2013 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਹੀ ਇੱਕ ਵੀਡੀਓ ਚ ਕਿਹਾ ਸੀ ਕਿ ਉਹ ਕਿਸਾਨਾਂ ਦਾ ਪੂਰਾ ਕਰਜ਼ਾ ਵੀ ਮਾਫ਼ ਕਰਨਗੇ, ਉਹ ਸਵਾਮੀਨਾਥਨ ਦੀ ਰਿਪੋਰਟ ਵੀ ਲਾਗੂ ਕਰਨਗੇ ਤੇ ਉਹ ਜਿਹੜਾ ਹੈਗਾ MSP ਨੂੰ ਕਾਨੂੰਨੀ ਗਰੰਟੀ ਦੇਣਗੇ। ਉਹ ਤਾਂ ਕੀ ਹੋਣਾ ਸੀ, ਲੇਕਿਨ ਉਲਟਾ 2020 ਦੇ ਵਿੱਚ ਖੇਤੀ ਦੇ 3 ਕਾਲੇ ਕਾਨੂੰਨ ਲੈ ਕੇ ਆਉਂਦੇ, ਜਿਸ ਦੇ ਖਿਲਾਫ ਪੂਰੇ ਦੇਸ਼ ਦੇ ਕਿਸਾਨਾਂ ਨੇ ਜੱਦੋ ਜਹਦ ਕੀਤੀ, 750 ਕਿਸਾਨ ਸ਼ਹੀਦ ਹੋਇਆ। ਔਰ ਉਸ ਤੋਂ ਬਾਅਦ ਪ੍ਰੈਸ਼ਰ ਵਿੱਚ ਆ ਕੇ ਭਾਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਕਾਨੂੰਨ ਤਾਂ ਵਾਪਸ ਲੈ ਲਏ, ਪਰ ਜਿਹੜਾ ਕਾਨੂੰਨ ਵਾਪਸ ਲੈਣ ਲੱਗਿਆ ਉਹਨਾਂ ਨੇ ਵਾਅਦਾ ਕੀਤਾ ਸੀ ਕਿ MSP ਦੀ ਕਾਨੂੰਨੀ ਗਰੰਟੀ ਦੇਵਾਂਗੇ, ਅੱਜ ਤੱਕ ਵਫਾ ਨਹੀਂ ਹੋਈ। ਜੇ ਉਹ ਵਫਾ ਨਹੀਂ ਹੋਈ ਤਾਂ ਹੀ ਤਾਂ ਕਿਸਾਨ ਦੁਬਾਰਾ ਜਾਣੇ ਚਾਹੁੰਦੇ ਸੀ। ਪਰ ਹਾਲ ਦੇਖੋ ਕਿ ਹਰਿਆਣਾ ਦੀ BJP ਦੀ ਸਰਕਾਰ ਨੇ ਜੋ ਹਾਲ ਬਾਰਡਰ ਤੇ ਕੀਤਾ, ਜਿਸ ਤਰੀਕੇ ਨਾਲ ਕਿਸਾਨਾਂ ਤੇ ਤਸ਼ੱਦਦ ਕੀਤਾ, ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪੱਕੇ ਤੌਰ ਤੇ ਸੜਕਾਂ ਨੂੰ ਰੋਕਿਆ, ਠੀਕ ਹੈ ਨਾ, ਇਹ ਤਾਂ ਲੋਕਾਂ ਨੂੰ ਬੇਸਿਕਲੀ ਇਨਕਨਵੀਨੀਅੰਟ ਪੈਦਾ ਕਰਨ ਵਾਲਾ ਸੀ, ਇਹ ਲੋਕਾਂ ਦੇ ਵਿੱਚ ਇੱਕ ਤਲਖੀ ਪੈਦਾ ਕਰਨ ਵਾਲਾ ਸੀ। ਸੋ ਇਸ ਕਰਕੇ ਜਿਹੜਾ ਮਾਨਯੋਗ ਹਾਈਕੋਰਟ ਦਾ ਇਹ ਫੈਸਲਾ ਆਇਆ, ਇੱਕ ਵਧੀਆ ਫੈਸਲਾ ਹੈਗਾ, ਜਿੱਥੇ ਆਮ ਲੋਕਾਂ ਨੂੰ ਉਸ ਰਾਸਤੇ ਤੋਂ ਲੰਘਣ ਦੀ ਸਹੂਲਤ ਹੋਏਗੀ, ਉੱਥੇ ਇੱਕ ਵਾਰ ਬੜੀ ਕਲੀਅਰ ਹੋ ਗਈ ਹੈ ਕਿ ਕਿਸਾਨ ਵੀ ਜਿਹੜੇ ਜੇ ਆਪਣੀ ਗੱਲ ਕਹਿਣ ਵਾਸਤੇ ਦਿੱਲੀ ਜਾਣਾ ਚਾਹੁੰਦੇ ਹੈਗੇ ਆ, ਸ਼ਾਂਤਪੂਰਨ ਤਰੀਕੇ ਨਾਲ ਆਪਣਾ ਅੰਦੋਲਨ ਕਰਨਾ ਚਾਹੁੰਦੇ ਹੈ, ਔਰ ਸਾਡਾ ਲੋਕਤੰਤਰ ਵੀ ਕਹਿੰਦਾ, ਲੋਕਤੰਤਰ ਦੀ ਮਰਿਆਦਾ ਵੀ ਇਹੀ ਹੈ ਕਿ ਅਸੀਂ ਸ਼ਾਂਤਪੂਰਨ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਹਾਂ, ਤਾਂ ਉਹ ਬਿਲਕੁਲ ਉੱਥੇ ਜਾ ਸਕਦੇ ਆ।